ਸ਼੍ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਕੈਨੇਡਾ ਦੇ ਪੀਐਮ ਨੇ ਭਾਰਤ ਲਈ ਦਿਲ ਖੋਲ ਕੇ ਕਰਤਾ ਇਹ ਵੱਡਾ ਐਲਾਨ ਹਰ ਪਾਸੇ ਹੋ ਰਹੀਆਂ ਨੇ ਸਿੱਪਤਾ ਦੋਸਤੋ ਵੀਡੀਓ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਭਾਰਤ ਵਿੱਚ ਕਰੋਨਾ ਦੇ ਖਿਲਾਫ ਲੜਾਈ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਾਥ ਦੇਣ ਦਾ ਵੱਡਾ ਐਲਾਨ ਕਰ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਰੈੱਡ ਕਰਾਸ ਰਾਹੀਂ 10 ਮਿਲੀਅਨ ਡਾਲਰ ਹਾਂਜੀ ਦੋਸਤੋ 10 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ ਹੈ ਤੁਸੀਂ ਉਹਨਾਂ ਦਾ ਆਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਸਟੇਟਮੈਂਟ ਦੇਖ ਸਕਦੇ ਹੋ ਉਹਨਾਂ ਨੇ ਟਵੀਟ ਕੀਤਾ ਹੈ ਇੰਡੀਅਨ ਰੈੱਡ ਕਰੂਸ ਉਹ ਮਾਫ ਕਰਨਾ ਇੰਡੀਅਨ ਰੈੱਡ ਕਰਾਸ ਥਰੂ ਰੈੱਡ ਕਰਾਸ ਕੈਨੇਡਾ ਵੀ ਸੈਂਡ ਰੈਡੀ ਡੋਨੇਟ ਐਕਸਟਰਾ ਮੈਡੀਕਲ ਸਪਲਾਈ ਟੂ 10 ਮਿਲੀਅਨ ਡਾਲਰ ਉਹ ਤਿਆਰ ਨੇ ਜੀ ਸੈਂਡ ਕਰਨ ਦੇ ਲਈ ਭਾਰਤ ਨੂੰ ਪਰ ਉਹ ਕਰਨਗੇ ਰੈੱਡ ਕਰਾਸ ਦੇ ਰਾਹੀਂ ਸੋ ਉਹਨਾਂ ਨੇ ਟਵਿੱਟਰ ਦੇ ਉੱਤੇ ਇਹ ਐਲਾਨ ਕਰ ਦਿਆ ਕਿ ਹੈ ਕਿ ਭਾਰਤ ਦੀ ਹਾਲਤ ਕਾਫੀ ਗੰਭੀਰ ਹੈ ਤੇ ਇਸ ਨੂੰ ਲੈ ਕੇ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਦੇ ਵਿੱਚ ਵੀ ਚਿੰਤਾ ਹੈ ਸੋ ਦੋਸਤੋ ਇਸ ਕਰਕੇ ਉਹਨਾਂ ਨੇ ਦਿਲ ਖੋਲ ਕੇ ਦਾਨ ਕਰਨ ਦਾ ਇਲਾਨ ਕੀਤਾ ਹੈ ਸੋ ਵੱਡੀ ਖਬਰ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਪਤਾ ਲੱਗ ਸਕੇ ਧੰਨਵਾਦ